सत श्री अकाल जी सारिआं नूं। अज दे ब्लॉग च आपां तुहानूं दिखावांगे कोटकपूरे दा जंक्शन। तो जिहड़ा कोटकपूरा बहुत मशहूर आ क्योंकि इत्थे जिहड़ा फाटक पहला लग जांदा सी ते छेती खुलदा नहीं सी ते वारी वारी लगदा सीगा। आपां तुहानूं उह अज जंक्शन दिखावांगे कोटकपूरे दा जिहड़ा बिलकुल फरीदकोट दे नज़दीक पैंदा। तो इधरले पासे जिहड़े आ ट्रैक आ ते आ सामने बणिआ होइआ पुल, पुल टप के परले पासे जाने आपां तुहानूं दिखाउणे आ सारा कुछ उधरला। इत्थे हैगी आ टिकट खिड़की, इत्थे तुसीं टिकटां कटवा सकदे हो ते बाकी मशीन दूजी भी हैगी आ। आ हैगा वेटिंग रूम, इत्थे तुसीं किसी भी ट्रेन की वेट कर सकदे हो बैठ के, तुहाडे वास्ते जिहड़ियां सीटां भी लगियां होईआं। हुण आपां तुहानूं लैके चलदे आ जिहड़ा वेटिंग रूम तो बाहरले पासे शैड बणिआ जिथे सवारियां इधरले पासे भी बैठ जांदियां। तो सामने तुहानूं पुल विखावांगे जिहड़ा रोड वाला पुल जाता वा, मुक्तसर रोड आ जिहड़ा उस पुल तो दी जाता वा। वह सामने जिहड़ा बसां बुसां तुर जांदियां गड्डियां ते वह रेलवे रोड वाला पुल आ जिहड़ा मुक्तसर नूं जाता वा। तो आ जिहड़ियां बिजली वालियां तारां जिहड़ियां पै रहीआं ट्रैकां ते इधरले पासे पंज ट्रैक आ। तो क्योंकि पहला डीजल इंजन चलते सी, हुण जिहड़े बिजली वाले इंजन चलिया करनगे ते उहनां दा कामकार जिहड़ा इस लाइन ते चली जांदा वा पूरा जोरां शोरां ते तकरीबन आने वाले होर 6-7 महीनों तक जिहड़ियां ट्रेनां चल पैणगियां। ते पंज ट्रैक आ इधरले पासे ते एक दो ट्रैक जिहड़े नवें बने हुए आ ते बाकी परले पासे भी स्टेशन वास्ते जिवें इदां दा पिलर बनाए हुए आ जां बन्नियां कह लैंदे आ जिवें आपां तुरन वास्ते आह उह दूजे पासे भी बने हुए आ। हो सकदा उधरले पासे भी स्टेशन जिहड़ा बण जावे। ते आ इधरले पासे जिहड़ा तुहानूं मैं दस्सिया ही आ ਵੀ ਉਹੀ ਜਿਹੜੇ ਰੋਡ ਵਾਲਾ ਪੁਲ ਸੀਗਾ। ਅਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਥੋੜ੍ਹਾ ਜਿਹਾ ਅੱਗੇ। ਅਤੇ ਆਹ ਹੈਗਾ ਵੇਟਿੰਗ ਰੂਮ ਜਿਹੜਾ ਕੋਟਕਪੂਰੇ ਜੰਕਸ਼ਨ ਦਾ। ਆਹ ਜਿਹੜੇ ਖੰਭੇ ਆ ਬਿਲਕੁਲ ਜਿਹੜੇ ਨਵੇਂ ਲਾਏ ਆ। ਆਹ ਪੁਲ ਆ ਇਹ ਪਹਿਲਾਂ ਪੁਲ ਹੁੰਦਾ ਨਹੀਂ ਸੀ, ਹੁਣ ਬਣਾਇਆ ਨਵਾਂ ਪੁਲ। ਉੱਥੋਂ ਤੱਕਰ ਕੰਧਾਂ ਕੁੰਧਾਂ ਕੱਢ ਕੇ ਜਿਹੜਾ ਬਸ ਉੱਥੋਂ ਚੜ੍ਹੋ ਅਤੇ ਬਾਹਰਲੇ ਪਾਸੇ ਸਟੇਸ਼ਨ ਤੋਂ ਉੱਤਰ ਜਾਓ। ਅਤੇ ਇੱਥੇ ਪੁਲਿਸ ਚੌਂਕੀ ਵੀ ਜਿਹੜੀ ਬਣੀ ਹੋਈ ਹੈ ਨਿੱਕੀ ਜੀ। ਅਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਆਹ ਹੈਗਾ ਜਿਹੜਾ ਕੋਟਕਪੂਰੇ ਦਾ ਪੁਰਾਣਾ ਜਿਹੜਾ ਸਟੇਸ਼ਨ ਜਿਹੜਾ ਕਹਿੰਦੇ ਹਾਂ ਕਾਫੀ ਪੁਰਾਣਾ। ਤੁਹਾਨੂੰ ਡਿਜ਼ਾਇਨ ਤੋਂ ਪਤਾ ਲੱਗ ਜੂਗਾ ਵੀ ਇਹ ਕਾਫੀ ਪੁਰਾਣਾ ਜਿਹੜਾ, ਨੀਵਾਂ ਵੀ ਹੋ ਗਿਆ ਜਿਹੜਾ ਟਰੈਕਾਂ ਤੋਂ ਵੀ। ਅਤੇ ਆਹ ਜਿਹੜੇ ਜਿੱਥੇ ਆਪਾਂ ਤੁਰ ਰਹੇ ਹਾਂ ਥੋੜ੍ਹੀ ਜਗ੍ਹਾ ਉੱਚੀ ਆ। ਅਤੇ ਇੱਧਰਲੇ ਪਾਸੇ ਵੀ ਜਿਹੜਾ ਇਹ ਇੱਕ ਨੰਬਰ ਜਿਹੜਾ ਟਰੈਕ ਆ ਇੱਧਰਲੇ ਪਾਸੇ ਦੋ ਪਲੇਟਫਾਰਮ ਸਹੀ ਆ ਇੱਕ ਨੰਬਰ। ਹੁਣ ਆਪਾਂ ਜਿਹੜੇ ਇੱਕ ਨੰਬਰ ਪਲੇਟਫਾਰਮ ਤੁਹਾਨੂੰ ਦਿਖਾ ਰਹੇ ਹਾਂ ਵਿਊ, ਸੀਟਾਂ ਲੱਗੀਆਂ ਹੋਈਆਂ ਬੈਠਣ ਵਾਸਤੇ। ਇੱਧਰਲੇ ਪਾਸੇ ਸਵਾਰੀਆਂ ਥੋੜ੍ਹੀਆਂ ਜਿਹੀਆਂ ਘੱਟ ਆ ਕਿਉਂਕਿ ਇੱਧਰਲੇ ਪਾਸੇ ਜ਼ਿਆਦਾਤਰ ਗੱਡੀਆਂ ਲੰਮੇ ਰੂਟ ਵਾਲੀਆਂ ਆਉਂਦੀਆਂ ਅਤੇ ਦੋ ਨੰਬਰ ਪਾਸੇ ਜਿਹੜੀਆਂ ਗੱਡੀਆਂ ਲੋਕਲ ਵੀ ਚੱਲਦੀਆਂ ਜਿਹੜੀਆਂ ਫਾਜ਼ਿਲਕਾ ਵਾਲੇ ਪਾਸੇ ਨੂੰ ਜਾਂਦੀਆਂ ਉਹ ਦੋ ਨੰਬਰ 'ਤੇ ਜਾਂਦੀਆਂ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ। ਫਿਲਹਾਲ ਆਪਾਂ ਜਿਹੜਾ ਇੱਕ ਨੰਬਰ ਪਲੇਟਫਾਰਮ ਦਾ ਤੁਹਾਨੂੰ ਵਿਊ ਦਿਖਾ ਰਹੇ ਹਾਂ। ਅਤੇ ਸਾਹਮਣੇ ਵਾਲੇ ਪਾਸੇ ਜਿਹੜੇ ਟਰੈਕ ਬਣ ਰਹੇ ਆ ਅਤੇ ਟਰੈਕਾਂ ਦਾ ਕੰਮ ਚੱਲ ਰਿਹਾ ਅਤੇ ਉਹ ਜਿਹੜੇ ਆਪਣੇ ਬਿਜਲੀ ਵਾਲੇ ਖੰਭੇ ਲਾਉਣ ਵਾਲੇ ਆ ਜਿਹੜੇ ਉਹ ਵੀ ਆਪਦਾ ਕੰਮ ਕਰੀ ਜਾਂਦੇ ਆ। ਇਹ ਸਾਰੇ ਲਾਈਨ 'ਤੇ ਬਠਿੰਡੇ ਤੋਂ ਲੈ ਕੇ ਜਿਹੜਾ ਇਹ ਕੰਮ ਚੱਲ ਰਿਹਾ ਫਿਰੋਜ਼ਪੁਰ ਤੱਕ। ਅਤੇ ਸਾਹਮਣੇ ਦੂਜੇ ਪਾਸੇ ਵੀ ਹੋ ਸਕਦਾ ਆਉਣ ਵਾਲੇ ਟਾਈਮ 'ਤੇ ਜਿਹੜਾ ਸਟੇਸ਼ਨ ਬਣ ਜਾਵੇ ਕਿਉਂਕਿ ਇੱਥੋਂ ਵੀ ਕਾਫੀ ਜਿਹੜੇ ਲੋਕ ਚੜ੍ਹਦੇ ਆ ਸਟੇਸ਼ਨ ਤੋਂ। ਬਾਕੀ ਜਿਹੜੀ ਪੰਜਾਬ ਮੇਲ ਗੱਡੀ ਆ ਜਿਹੜੀ ਬਹੁਤ ਮਸ਼ਹੂਰ ਆ ਉਹ ਵੀ ਜਿਹੜੀ ਇਸ ਸਟੇਸ਼ਨ 'ਤੇ ਰੁਕ ਕੇ ਜਾਂਦੀ ਆ। ਅਤੇ ਇੱਥੇ ਪਾਰਕ ਵੀ ਬਣੇ ਹੋਏ ਆ ਸਟੇਸ਼ਨ ਦੇ ਵਿੱਚ ਹੀ। ਆ ਤੁਸੀਂ ਦੇਖ ਸਕਦੇ ਹੋ ਪਾਰਕ ਦਾ ਵਿਊ। ਫਿਲਹਾਲ ਇਹਦੀ ਹਜੇ ਇੰਨੀ ਸਾਂਭ ਸੰਭਾਲ ਨਹੀਂ ਕੀਤੀ ਜਾ ਰਹੀ ਪਰ ਪਾਰਕ ਬਣਾਏ ਹੋਏ ਆ। ਹੁਣ ਆਪਾਂ ਲੈ ਕੇ ਚੱਲਦੇ ਦੂਜੇ ਪਾਸੇ। ਆ ਹੈਗਾ ਦੋ ਨੰਬਰ ਪਲੇਟਫਾਰਮ ਅਤੇ ਸਾਹਮਣੇ ਜਿਹੜਾ ਉਹ ਸ਼ੈੱਡ ਬਣਿਆ ਹੋਇਆ ਉਧਰਲੇ ਪਾਸੇ ਜਿਹੜੀ ਮਾਲ ਗੱਡੀ ਲੱਗਦੀ ਆ ਸਪੈਸ਼ਲ ਜਦੋਂ ਭਰਦੇ ਆ ਉਧਰਲੇ ਪਾਸੇ ਵੀ ਟਰੈਕ ਆ ਅਤੇ ਤਿੰਨ ਟਰੈਕ ਇੱਥੇ ਆ। ਆ ਜਿਹੜਾ ਦੋ ਨੰਬਰ ਟਰੈਕ ਦਾ ਪਹਿਲਾ ਟਰੈਕ ਆ ਦੂਜੇ ਪਾਸੇ ਆ ਅਤੇ ਇੱਕ ਉਹ ਤੀਜੇ ਨੰਬਰ 'ਤੇ ਅਤੇ ਚੌਥਾ ਹੈਗਾ ਜਿਹੜਾ ਉਹ ਸ਼ੈੱਡ ਦੇ ਪਰਲੇ ਪਾਸੇ ਉੱਥੇ ਜਿਹੜੀ ਮਾਲ ਗੱਡੀ ਲੱਗਦੀ ਹੈ ਅਤੇ ਉਧਰਲੇ ਪਾਸੇ ਸਪੈਸ਼ਲ ਗੱਡੀਆਂ ਜਿਹੜੀਆਂ ਭਰੀਆਂ ਜਾਂਦੀਆਂ ਮਾਲ ਜਿਹੜਾ ਦੂਰ ਦੁਰਾਡੇ ਨੂੰ ਜਾਂਦਾ। ਅਤੇ ਬਹੁਤ ਸੋਹਣਾ ਜਿਹੜਾ ਸਟੇਸ਼ਨ ਆ ਬਹੁਤ ਜ਼ਿਆਦਾ ਖੁੱਲ੍ਹਾ ਸਟੇਸ਼ਨ ਆ ਅਤੇ ਇੰਨੀ ਭੀੜ ਹਜੇ ਹੁੰਦੀ ਨਹੀਂ ਗੀ ਕਿਉਂਕਿ ਤੁਹਾਨੂੰ ਦੱਸਿਆ ਗੱਡੀਆਂ ਜਿਹੜੀਆਂ ਟਾਵੀਆਂ ਟਾਵੀਆਂ ਗੱਡੀਆਂ ਚੱਲਦੀਆਂ ਇੱਥੇ ਅਤੇ ਉਸ ਹਿਸਾਬ ਨਾਲ ਜਿਹੜੇ ਲੋਕਾਂ ਨੂੰ ਪਤਾ ਵਾ ਕੀ ਟਾਈਮਿੰਗ ਆ ਅਤੇ ਉਸ ਹਿਸਾਬ ਨਾਲ ਜਿਹੜੇ ਲੋਕ ਆ ਜਾਂਦੇ ਆ।
ਹੁਣ ਗੱਡੀ ਆਉਣ ਵਾਲੀ ਆ, ਇਸ ਕਰਕੇ ਜਿਹੜੇ ਲੋਕ ਤੁਰੇ ਆਉਂਦੇ ਆ ਟਾਈਮ ਜਿਹੜਾ 5 ਮਿੰਟ ਰਹਿੰਦੇ ਆ ਗੱਡੀ ਆਉਣ ਦੇ ਵਿੱਚ, ਅਤੇ ਤੁਹਾਨੂੰ ਆਪਾਂ ਉਹ ਗੱਡੀ ਵੀ ਦਿਖਾਵਾਂਗੇ ਕਿਹੜੀ ਆਉਂਦੀ ਆ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ। ਅਤੇ ਫਿਲਹਾਲ ਆਪਾਂ ਕੇਰਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਟਿਕਟ ਖਿੜਕੀ ਵੱਲ, ਅਤੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ। ਆ ਤੁਹਾਨੂੰ ਦੱਸਿਆ ਵੀ ਇਸਦੇ ਪਾਸੇ ਵੀ ਟਰੈਕਾਂ ਦਾ ਕੰਮ ਕਰਦਾ ਚੱਲਦਾ ਕਰਕੇ ਉਹ ਜਿਹੜੇ ਖੰਭੇ ਪਏ ਆ, ਅਤੇ ਉਹ ਇੱਧਰਲੇ ਪਾਸੇ ਜਿਹੜਾ ਪੁਲ ਨਿਕਲ ਜਾਂਦਾ ਸਾਹਮਣੇ, ਉਹ ਜਿਹੜਾ ਤੁਹਾਨੂੰ ਪੁਲ ਵਿਖਾਇਆ ਸੀ ਪਹਿਲਾਂ, ਅਤੇ ਇੱਥੋਂ ਜਿਹੜਾ ਥੋੜ੍ਹਾ ਜਿਹਾ ਰੇਲਵੇ ਸਟੇਸ਼ਨ ਜਿਹੜਾ ਨੀਵਾਂ ਹੋ ਜਾਂਦਾ ਵਾ, ਅਤੇ ਆ ਸਾਹਮਣੇ ਪੁਲਿਸ ਇੰਚਾਰਜ ਜਿਹੜੇ ਖੜ੍ਹੇ ਹੋਏ ਆ। ਕੋਟਕਪੂਰਾ ਜੰਕਸ਼ਨ ਸਮੁੰਦਰ ਤਲ ਤੋਂ ਉਚਾਈ 208.43 ਮੀਟਰ, ਅਤੇ ਇੱਥੇ ਜਿਹੜੀ ਸਮਾਂ ਸਾਰਨੀ ਟ੍ਰੇਨਾਂ ਦੀ ਲਿਖੀ ਹੋਈ ਆ ਤੁਸੀਂ ਦੇਖ ਸਕਦੇ ਹੋ, ਸਾਰੀਆਂ ਟ੍ਰੇਨਾਂ ਜਿੰਨੀਆਂ ਵੀ ਆਉਂਦੀਆਂ ਉਹਨਾਂ ਦਾ ਸਮਾਂ ਸਾਰਨੀ, ਇੱਥੇ ਟਿਕਟ ਖਿੜਕੀ ਹੈ 2, ਅਤੇ ਇਹ ਵੀ ਤੁਹਾਨੂੰ ਦਿਖਾ ਦਿੱਤੇ। ਆਹ ਹੈਗਾ ਜਿਹੜਾ ਕੋਟਕਪੂਰੇ ਦਾ ਪੁਰਾਣਾ ਵੇਟਿੰਗ ਹਾਲ, ਇਹ ਹੁਣ ਤੱਕ ਜਿਹੜਾ ਨਵਾਂ ਬਣ ਗਿਆ ਦੂਜੇ ਪਾਸੇ, ਇਹ ਪੁਰਾਣਾ ਵੇਟਿੰਗ ਹਾਲ ਆ, ਇਹ ਹਜੇ ਵੀ ਵੈਸੇ ਯੂਜ ਕੀਤਾ ਜਾਂਦਾ ਵਾ, ਇਹਨੂੰ ਢਾਇਆ ਢੋਇਆ ਨਹੀਂ ਗਿਆ, ਅਤੇ ਪਰ ਇਹ ਵੀ ਜਿਹੜਾ ਪੁਰਾਣਾ ਵੇਟਿੰਗ ਹਾਲ ਆ। ਹੁਣ ਆਪਾਂ ਚੱਲਦੇ ਬਾਹਰ, ਟ੍ਰੇਨ ਆ ਗਈ ਆ, ਆਪਾਂ ਦੇਖਦੇ ਹਾਂ ਕਿਹੜੀ ਟ੍ਰੇਨ ਹੈ ਕਿੱਥੋਂ ਆਈ ਆ। ਇਹ ਟ੍ਰੇਨ ਹੈਗੀ ਆ ਬੀਕਾਨੇਰ ਤੋਂ ਆਈ ਆ ਸਰਸੇ ਵਾਲੇ ਪਾਸੋਂ ਹੋ ਕੇ, ਅਤੇ ਇਹ ਚੱਲੀ ਆ ਫਾਜ਼ਿਲਕਾ ਵਾਲੇ ਪਾਸੇ ਨੂੰ, ਇੱਥੋਂ ਕੋਟਕਪੂਰੇ ਤੋਂ ਜਿਹੜੀ ਇਹ ਫਾਜ਼ਿਲਕਾ ਵਾਲੇ ਪਾਸੇ ਨੂੰ ਹੋ ਜਾਊਗੀ, ਵਾਂਦਰ ਸ਼ਟਾਣਾ ਪਿੰਡ ਆਊਗਾ ਇੱਧਰ ਦੀ, ਮੁਕਤਸਰ ਹੁੰਦੀ ਹੋਈ ਜਿਹੜੀ ਇਹ ਫਾਜ਼ਿਲਕਾ ਵਾਲੇ ਪਾਸੇ ਨੂੰ ਜਾਊਗੀ। ਸਵਾਰੀਆਂ ਚੜ੍ਹਨ ਵਾਲੀਆਂ ਕਾਫੀ ਆ ਗਈਆਂ ਸੀ, ਅਤੇ ਕਿਉਂਕਿ ਹਰਿਆਣੇ ਵੱਲੋਂ ਲੋਕ ਜਿਹੜੇ ਕਾਫੀ ਆਉਂਦੇ ਆ ਬੀਕਾਨੇਰ ਰਾਜਸਥਾਨ ਵਾਲੇ ਪਾਸੋਂ, ਅਤੇ ਉਹ ਵੀ ਜਿਹੜੇ ਇਸੇ ਟ੍ਰੇਨ 'ਚ ਆਉਣ ਕਰਕੇ ਕਾਫੀ ਭੀੜ ਜਿਹੜੇ ਸਟੇਸ਼ਨ 'ਤੇ ਹੋ ਗਈ ਆ। ਅਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ, ਆਪਾਂ ਤੁਹਾਨੂੰ ਸਾਰਾ ਰੇਲਵੇ ਸਟੇਸ਼ਨ ਦਿਖਾਇਆ ਕੋਟਕਪੂਰੇ ਦਾ, ਅੱਜ ਦਾ ਵਿਊ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੋ, ਅਤੇ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ। ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।